ਇਹਨਾਂ ਦੀ ਯਾਰੀ ਪੱਕੀ ਆ, ਇਹਨਾਂ ਦਾ ਪਿਆਰ ਬੜਾ ਹੈ, ਇਹਨਾਂ ਦਾ ਪਿਆਰ ਬੜਾ ਹੈ। ਜੌੜੇ ਭਰਾਵਾਂ ਵਰਗੀ ਯਾਰੀ ਹੈ, ਜੌੜੇ ਭਰਾਵਾਂ ਵਰਗੀ ਯਾਰੀ ਹੈ। ਹਾਂਜੀ ਦੱਸੋ, ਹਾਂਜੀ ਦੱਸੋ। ਓਏ ਹੈਲੋ। ਓ ਮੈਂ ਤਾਂ ਟੀਵੀ ਮੈਂ ਕਹਿਣ ਕਹੀ, ਤੁਸੀਂ ਨੇ ਕਾਲ ਨਹੀਂ ਕੀਤੀ ਦੀ ਮੈਨੂੰ ਸਵੇਰੇ ਅੱਜ। ਫਿਰ ਇੰਜ ਕਹੋ ਨਾ, ਤੁਸੀਂ ਤਾਂ ਐਵੇਂ ਖੜੇ ਹੋ ਜਿਵੇਂ ਕਿਤੇ ਗਵਾਚੇ ਹੁੰਨੇ ਹੋ। ਓ ਨਹੀਂ ਨਹੀਂ ਜੀ, ਹਜੇ ਨਾ ਸਾਡੀ ਪਿੰਡ ਦੇ ਵਿੱਚ ਨਵੀਂ ਦੁਕਾਨ ਹੈਗੀ, ਜਦੋਂ ਕਿਸੇ ਦੇ ਘਰੇ ਜਾਂਦੇ ਹਾਂ ਨਾ ਥੋੜ੍ਹਾ ਡਰ ਕੇ ਜਾਂਦੇ ਹਾਂ। ਹਾਂਜੀ ਹਾਂਜੀ, ਮੈਂ ਨਾ ਤੁਹਾਡਾ ਨੰਬਰ ਗੁਆਂਢੀਆਂ ਤੋਂ ਲਿਆ ਸੀਗਾ, ਅੱਜ ਤੁਸੀਂ ਅੰਦਰ ਲੰਘਿਓ। ਟੀਵੀ ਤੁਸੀਂ ਦੇਖ ਲਓ, ਮੈਂ ਆਈ ਬਸ। ਠੀਕ ਹੈ ਜੀ। ਸ਼ਾਮ ਨੂੰ ਪਾ ਜੂੰਗਾ ਨਾ, ਹੁਣ ਮੇਰੇ ਕੋਲ ਇਸ ਵਕਤ ਹੈ ਨੀਗਾ ਸਮਾਨ ਇਹ। ਚਲੋ ਠੀਕ ਹੈ, ਚਲੋ ਫਿਰ ਮੈਂ ਸ਼ਾਮ ਨੂੰ ਆ ਜੂੰਗਾ ਜੀ। ਠੀਕ ਹੈ। ਨਹੀਂ ਸੱਚ, ਸਮਾਨ ਜ਼ਿਆਦਾ ਮਹਿੰਗਾ ਤਾਂ ਨਹੀਂ ਹੈਗਾ? ਉਹ ਨਹੀਂ ਜੀ, ਜ਼ਿਆਦਾ ਮਹਿੰਗਾ ਨਹੀਂ ਹੈਗਾ ਸਮਾਨ। ਚਲੋ ਠੀਕ ਆ, ਕੋਈ ਨਾ ਜੀ, ਮੈਂ ਸ਼ਾਮ ਨੂੰ ਪਾ ਜੂੰਗਾ। ਠੀਕ ਆ।
ਉਹ ਬੈਠਾ। ਓਏ ਓਏ ਹਾਂ ਬੈਠਾ, ਮੇਰਾ ਫੋਨ ਕਦੋਂ ਨਹੀਂ ਚੱਕਿਆ ਤੈਂ? ਕਮਾਲ ਓਏ, ਹਾਂ ਬਾਈ ਕਿੱਧਰ ਖੋਇਆ ਬੈਠਾ? ਬਸ ਯਾਰ ਅੱਜ ਤਾਂ ਪੁੱਛੀ ਨਾ ਯਾਰ, ਅੱਜ ਤਾਂ ਬੜੀ ਬੀਤੀ ਤੇਰੇ ਯਾਰ ਨਾਲ। ਕਿਉਂ ਕੀ ਹੋ ਗਿਆ, ਕਰੰਟ ਕਰੁੰਟ ਤਾਂ ਨਹੀਂ ਲੱਗ ਗਿਆ ਕੋਈ ਤੈਨੂੰ? ਉਹ ਕਰੰਟ ਕਰੁੰਟ ਕਾਹਨੂੰ ਲੱਗ ਗਿਆ ਭਰਾਵਾ, ਅੱਜ ਤਾਂ ਤੇਰੇ ਯਾਰ ਤੇ ਬਿਜਲੀ ਉਡੀਗੀ। ਕੀ ਬਜ਼ਾਰ ਤਾਈਆਂ ਪਾਈ ਜਾਂਦਾ ਯਾਰ, ਇਹੋ ਜਿਹੀਆਂ ਗੱਲਾਂ ਤਾਂ ਆਸ਼ਕ ਕਰਦੇ ਹੁੰਦੇ ਨੇ। ਹਾਂ ਕਰੀਏ ਨਾ ਫਿਰ ਦੋਸਤਾਂ ਦੀ ਗੱਲ, ਬਿਨਾਂ ਦੱਸੀ ਦਿਲ ਦੀ ਗੱਲ ਬੁੱਝ ਲਈ। ਉਹ ਯਾਰ ਕਿਤੇ ਤੂੰ ਜੁੱਤੀਆਂ ਨਾ ਪਵਾ ਦੀ, ਨਾਲੇ ਆਪ ਖਾਏਗਾ ਨਾਲੇ ਮੇਰੇ ਪਵਾਏਗਾ। ਆਹ ਦੁਕਾਨ ਦੇਖ ਲਾ ਆਪਣੇ, ਹੁਣੀ ਨਵੀਂ ਖੋਲ੍ਹੀ ਹੈਗੀ, ਨਵੀਂ ਕੰਮ ਚਲਾਇਆ, ਤੂੰ ਮੈਨੂੰ ਲੱਗਦਾ ਛੇਤੀ ਬੰਦ ਕਰੇਗਾ ਇਹ ਵੀ ਦੁਕਾਨ ਆਪਣੀ। ਉਹ ਕਾਹਨੂੰ ਡਰੀ ਜਾਂਦਾ ਗਾ, ਅੱਜ ਮੈਂ ਦੁਪਹਿਰੇ ਟੀਵੀ ਨਹੀਂ ਸੈੱਟ ਕਰਨ ਗਿਆ ਸੀਗਾ, ਬਹੁਤ ਸੋਹਣੀ ਕੁੜੀ ਹੈ ਯਾਰ, ਜਮਾਂ ਸਿੰਪਲ ਸਾਦੀ ਹੈ ਵਿਚਾਰੀ। ਉਦੋਂ ਟੀਵੀ ਸੈੱਟ ਕਰਨ ਗਿਆ ਸੀ ਕਿ ਆਪਦੀ ਸੈਟਿੰਗ ਕਰਨ ਗਿਆ ਸੀ? ਉਹ ਸੈਟਿੰਗ ਅਜੇ ਕਿੱਥੇ ਕਰ ਲਈ ਭਰਾਵਾ, ਉਹ ਤਾਂ ਵਿਚਾਰੀ ਭੋਲੀ ਜੀ ਹੈ, ਸ਼ਾਮ ਨੂੰ ਚੱਲਦੇ ਹਾਂ ਆਪਾਂ ਉਦੋਂ ਦੇਖਦੇ ਹਾਂ। ਓਏ ਮਿਹਰਬਾਨੀ ਕਰ ਬਾਈ ਮੇਰੇ 'ਤੇ, ਠੀਕ ਹੈ ਮੈਂ ਇਕੱਲੇ ਹੀ ਜਾ ਆਊਂਗਾ, ਤੂੰ ਦੁਕਾਨ ਹੀ ਸਾਂਭਲਾ ਬਾਈ ਬਣ ਕੇ, ਨਾ ਤਾਂ ਤੈਨੂੰ ਮੈਂ ਅੱਜ ਤੋਂ ਬਾਅਦ ਕਿਸੇ ਦੇ ਘਰ ਭੇਜਾਂ, ਠੀਕ ਹੈ? ਦੁਕਾਨ 'ਤੇ ਦੇਖਿਆ ਕਰ ਸਾਰਾ ਕੁਛ, ਅਤੇ ਮੈਂ ਜਾਇਆ ਕਰੂੰ। ਉਹ ਐਂ ਕਾਹਨੂੰ ਕਰਦਾ ਭਰਾਵਾ, ਜਿਵੇਂ ਤੂੰ ਕਹਿੰਦਾ ਮੈਂ ਉਵੇਂ ਹੀ ਕਰੂੰਗਾ, ਪਰ ਯਾਰ ਮੈਂ ਇੱਕ ਵਾਰੀ ਉਹਦੇ ਘਰ ਜਾਣਾਗਾ ਯਾਰ। ਉਹ ਕੰਜਰਾ ਮੈਨੂੰ ਤਾਂ ਤੇਰਾ ਬਾਹਲਾ ਹੀ ਬੁਰਾ ਹਾਲ ਜਿਹਾ ਲੱਗਦਾ, ਉਹ ਵੀ ਨਾ ਇਸ਼ਕ 'ਚ ਮਰ ਮੁਰਜੀ। ਉਹ ਬਸ ਭਰਾਵਾ ਹੀ ਸਮਝ ਲੈ, ਬਸ ਮਰਨ ਵਾਲੀ ਹਾਲ ਹੋਇਆ ਪਿਆਗਾ। ਚੱਲ ਚੰਗਾ ਚੱਲਾਂਗੇ ਆਪਾਂ, ਸ਼ਾਮ ਨੂੰ ਰੱਖਾਂਗੇ ਤੇ। ਚੱਲ ਠੀਕ ਹੈ। ਲਾਏ ਤੁਸੀਂ ਸਮਾਨ? ਹਾਂ ਹਾਂ ਪਾਉਣ ਆਏ ਸੀ ਬਸ ਸਮਾਨ। ਠੀਕ ਹੈ ਕਰ ਦਿਓ ਤੁਸੀਂ। ਲਾ ਪਿਆ ਟੀਵੀ ਦਾ, ਟੀਵੀ ਦਾ ਠੀਕ ਹੈ, ਬਗਾਨੇ ਘਰ ਜਾ ਕੇ ਆਏ ਨਾ ਜਾ, ਬੰਦਾ ਬਣ ਜਾ ਤੂੰ, ਬੰਦਾ ਵੀ ਚੱਤਰ ਖਾ ਲੈਣਾ ਬਗਾਨੇ ਘਰ ਜਾ। ਉਹ ਕੋਈ ਨਾ ਬਾਈ ਕੋਈ ਨਾ, ਲੈ ਪਾ ਸਮਾਨ ਕਿਹੜਾ। ਕਿਹੜੇ ਹਿਸਾਬ ਨਾਲ ਕਹਿਤਾ, 800 ਦਾ ਸਮਾਨ ਹੀ ਆ ਗਿਆ, ਠੀਕ ਆ ਬਾਕੀ ਮਿਹਨਤ ਹੋ ਗਈ ਆਪਣੀ, ਉਹ ਕਿੱਧਰ ਗਈ? ਕਹਿਤਾ ਤਾਂ 250 ਰੁਪਇਆ ਉਹਨੂੰ ਯਾਰ। ਉਹ ਕੋਈ ਨਾ ਕੋਈ ਨਾ, ਮੇਰੀ ਤਨਖਾਹ ਚੋਂ ਕੱਟ ਲਈ, ਕਿਉਂ ਟੈਨਸ਼ਨ ਲੈਣਾ ਗਾ ਤੂੰ? ਤੇਰੀ ਤਨਖਾਹ ਚੋਂ ਕੱਟੂ, ਉਹ ਤੇਰੀ ਆਸ਼ਕੀ ਪਿੱਛੇ ਮੈਂ ਕੁੰਡਾ ਕਰਾਊਂਗਾ। ਉਹ ਕੋਈ ਨਾ, ਵੱਧੀ ਕੱਟ ਲਈ, 50 ਵੱਧੀ ਕੱਟ ਲਈ। ਸੁਣਾ ਤੂੰ ਮੇਰੀ ਦੁਕਾਨਾਂ ਬੰਦ ਕਰਾਏਗਾ? ਉਹ ਤਾਂ ਛੱਡ, ਦੇਖੀ ਦੀ ਕਿੰਨੀ ਸੋਹਣੀ ਦੀ ਦੇਖ ਲੈ, ਉਹ ਦਿੰਦਾ ਟੰਬਲ।
ਉਹ ਵੀ ਬਾਹਲਾ ਸੋਹਣਾ ਜੇ ਪੈ ਗਿਆ ਨਾ ਤੇਰੇ ਮੁੜ ਕੇ ਸੁਰਤ ਨਹੀਂ ਆਉਣੀ ਉਹਦਾ ਭਾਈ ਪਤਾ ਨਹੀਂ ਕਿੰਨਾ ਕੁ ਬੋਡੀ ਬਿਲਡਰ ਹੋਊਗਾ ਓਏ ਲਿਆਵਾਂ ਚੱਕ ਕੇ ਮੈਂ ਉਹ ਲੈ ਲਾਈ ਲੈਂਦੇ ਇੱਕ ਸੈੱਟ ਓਏ ਸੱਟ ਸੁੱਟ ਦਾ ਜਿਹਾ ਲਾ ਉਰੇ ਚੱਲ ਇਹਨੇ ਫੜ ਲੈਣਾ ਤੇਰੀ ਨੀਰੀ ਠਾ ਦੂ ਵਾਲਾ ਮਾਰ ਮੱਚ ਪੜੇ ਤੇਰੇ ਉਹ ਐਂ ਕੰਮ ਉਠਾਉਂਦਾ ਕੋਈ ਦੇਖਦਾ ਸੀ ਮੈਨੂੰ ਵੀ ਬੜਾ ਸ਼ੌਂਕ ਇਹਦਾ ਸ਼ੌਂਕ ਤਾਂ ਹੈਗਾ ਆ ਤੇਰੇ ਵੀ ਸ਼ੌਂਕ ਪੂਰੇ ਕਰ ਦੂੰ ਦੇਖ ਲੈਣਾ ਬਈ ਆਪਾਂ ਵੀ ਲਈ ਜਾਣਾ ਦੁਕਾਨ ਤੇ ਇਹ ਜਾਣਾ ਕਿ ਨਹੀਂ ਹਲੋ 250 ਰੁਪਏ ਆ ਸ਼ੌਂਕ ਮੈਨੂੰ ਵੀ ਬਹੁਤ ਹੀ ਡੰਬਲ ਜਿਹਾ ਲਾਉਂਦਾ ਤੁਹਾਡੇ ਭਰਾ ਵਾਂਗ ਮੇਰੇ ਭਰਾ ਵਾਂਗ ਹਾਂ ਇਹ ਤੁਹਾਡੇ ਭਰਾ ਦੀ ਹੋਣਗੇ ਇਹ ਮੇਰੇ ਭਰਾ ਦੇ ਨਹੀਂ ਹੈਗੇ ਇਹ ਮੇਰੇ ਹਸਬੈਂਡ ਦੇ ਆ ਉਹਨਾਂ ਨੂੰ ਬਹੁਤ ਸ਼ੌਂਕ ਸੀ ਇਹ ਸਭ ਚੀਜ਼ਾਂ ਦਾ ਸ਼ੌਂਕ ਸੀ ਹਾਂਜੀ ਹੁਣ ਤਾਂ ਉਹ ਨਾ ਐਕਸਪਾਇਰ ਹੋ ਗਏ ਨੇ ਉਹ ਅੱਛਾ ਬੜਾ ਮਾੜਾ ਹੋਇਆ ਯਾਰ ਮੇਰੇ ਵਿੱਚ ਪਾ ਲਓ ਚਲੋ ਆ ਤੁਹਾਡਾ ਟੀਵੀ ਸੈੱਟ ਹੋ ਗਿਆ ਅਤੇ ਬਾਕੀ ਜੇ ਕੋਈ ਕਮੀ ਪੇਸ਼ੀ ਰਹਿ ਗਈ ਸਾਨੂੰ ਦੱਸ ਦਿਓ ਚੱਲ ਬਈ ਮੁੰਡਿਆ ਚੱਲੀ ਬੰਟੀ ਉਹ ਦੱਸਣ ਵਾਲੀ ਕੀ ਗੱਲ ਆ ਯਾਰ ਉਹ ਬੰਟੀ ਬੰਟੀ ਓਏ ਬੰਟੀ ਤੇ ਓਏ ਗੱਲ ਤਾਂ ਸੁਣ ਲਾ ਓਏ ਹਾਂ ਬੋਲ ਯਾਰ ਉਹੀ ਬੋਲੀ ਜਾਂਦਾ ਉਹ ਜੰਮਾ ਦੇ ਡੰਬਲ ਦਾ ਤੇਰੇ ਚਕਾਤੇ ਹੋਣੇ ਲੱਗ ਗਈ ਜੰਮ ਤੇਰੀ ਤਾਂ ਤੇਰੀ ਪ੍ਰੇਮ ਕਹਾਣੀ ਤਾਂ ਸ਼ੁਰੂ ਹੋਣ ਤੋਂ ਪਹਿਲੀ ਖਤਮ ਹੋ ਗਈ ਵੱਡਾ ਭੂੜਾ ਆਸ਼ਿਕ ਉਹ ਯਾਰ ਤੂੰ ਇੱਥੇ ਤਾਂ ਗਲਤੀ ਕਰੀ ਆ ਮੈਨੂੰ ਸਮਝਣ ਦੇ ਵਿੱਚ ਨਾਲੇ ਹੁਣ ਮੇਰਾ ਪਿਆਰ ਘਟਿਆ ਨਹੀਂ ਹੈਗਾ ਸਗੋਂ ਦੀ ਦੁੱਗਣਾ ਵੱਧ ਗਿਆ ਉਹ ਹੁਣ ਵਿਧਵਾ ਨਾ ਵਿਆਹ ਕਰਾਏਗਾ ਉਹ ਯਾਰ ਤੂੰ ਤਾਂ ਹੀ ਮਰੀ ਜਾਂਦਾ ਗਾ ਇਹ 'ਚ ਭਲਾਂ ਦੀ ਉਹਦੀ ਕੀ ਗਲਤੀ ਹੈਗੀ ਜੇ ਵਿਧਵਾ ਹੈਗੀ ਉਹ ਨਾਲੇ ਤੂੰ ਇਹ ਗੱਲ ਭੁੱਲੀ ਨਾ ਉਹਦੇ ਪ੍ਰਤੀ ਮੇਰਾ ਪਿਆਰ ਬਿਲਕੁਲ ਵੀ ਨਹੀਂ ਘਟਦਾ ਹੈਗਾ ਚੰਗਾ ਉਹ ਪਤੰਦਰਾ ਗੁੱਸਾ ਹੀ ਕਰ ਗਿਆ ਕਿਸੇ ਕਹਿ ਚੱਲੀਏ ਚੰਗਾ ਆਇਆ ਉਹ ਤੂੰ ਤਾਂ ਗੁੱਸਾ ਹੀ ਕਰ ਗਿਆ ਯਾਰ ਹੁਣ ਮੈਂ ਤੇ ਪਹਿਲਾਂ ਨਹੀਂ ਜਾਊਂਗਾ ਯਾਰ ਕਿਹਦੇ ਨੂੰ ਲੈ ਆਉਂਗਾ ਉਹ ਬਾ ਵੀ ਤੇਰੇ ਗੁੱਸਾ ਕਰ ਗਿਆ ਚੱਲ ਚੱਲ ਚਲਾ ਮੋਟਰਸਾਈਕਲ ਨੂੰ ਚੱਲ ਆ ਫੜ ਚੱਲ ਲੈ ਫੜਾ ਦੇ ਕੱਢ ਲਾ ਪਤੰਦਰਾ ਗੁੱਸਾ ਹੀ ਕਰ ਗਿਆ ਤੂੰ ਤਾਂ ਉਹ ਤੇਰੇ ਨਾਲ ਨਹੀਂ ਚੌੜ ਕਰੂ ਹੋਰ ਕੀ ਯਾਰ ਇੰਨਾ ਮਜ਼ਾਕ ਥੋੜੀ ਹੁੰਦਾ ਹੈਗਾ ਉਹ ਨਹੀਂ ਯਾਰ ਤੂੰ ਵੀ ਗੁੱਸਾ ਕਰ ਗਿਆ ਚੱਲ ਚੱਲੀਏ ਯਾਰ ਚੱਲੀਏ ਭਰਾ ਹੈ ਚੱਲੀਏ ਭਰਾ ਚੱਲ ਹੋਰ ਤੂੰ ਗੁੱਸਾ ਕਰ ਲੈ ਬੰਟੀ ਹਜੇ ਤੱਕ ਨਹੀਂ ਆਇਆ ਹੈਗਾ ਯਾਰ 7 ਵੱਜ ਗਏ ਚੱਲ ਬਾਕੀ ਉਹਨੂੰ ਫੋਨ ਲਾ ਕੇ ਪੁੱਛਦਾ ਉਹ ਮੈਂ ਤਾਂ ਉਹ ਕੁੜੀ ਬਾਰੇ ਗੱਲ ਕਰਨੀ ਸੀ ਚਾਲੀ ਦਾ ਟੀਵੀ ਖਰਾਬ ਹੋ ਗਿਆ ਜਾ ਕੇ ਸਮਾ ਰਿਹਾ ਬਾਲਾ ਕੰਜਰਾ ਤੂੰ ਵੀ ਪਤੰਦਰਾ ਆਲੀ ਦਾ ਨਿਸ਼ਾਨ ਹੋ ਗਿਆ ਤੂੰ ਆਖਦਾ ਵੀ ਚੰਗਾ ਹੀ ਹੋਇਆ ਠੀਕ ਹੈ ਹਲੇ ਤੁਸੀਂ ਉਦਣ ਤਾਂ ਠੀਕ ਕਰਕੇ ਗਏ ਹੋ ਇੰਨੀ ਜਲਦੀ ਖਰਾਬ ਵੀ ਹੋ ਗਿਆ ਪਹਿਲਾਂ ਹੀ 250 ਦਿੱਤੇ ਆ ਮੈਂ ਹੋਰ ਪੈਸੇ ਨਹੀਂ ਦੇਣੇ ਹੈਗੇ ਕੋਈ ਨਾ ਉਹਨਾਂ ਪੈਸਿਆਂ 'ਚ ਮੈਂ ਸੈੱਟ ਕਰ ਲੂੰਗਾ ਇਹਦਾ ਚੱਲ ਕਰ ਦਿਓ ਤੁਸੀਂ ਮਾੜੀ ਜਿਹੀ ਤਾਰੇ ਗੱਲ ਹੋਈ ਜਿਹੜੀ ਅੱਜ
ਹਾਂ ਜੀ ਹੋ ਗਿਆ ਜੀ ਸੈੱਟ ਉਹਦਾ। ਠੀਕ ਆ। ਮੈਂ ਨਾ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਸੀਗਾ ਜੀ, ਤੁਸੀਂ ਗੁੱਸਾ ਨਾ ਕਰੋ। ਪੁੱਛੋ। ਮੈਂ ਐਂ ਪੁੱਛਦਾ ਸੀਗਾ ਵੀ ਤੁਹਾਡੀ ਫੈਮਿਲੀ ਵਿੱਚ ਤੁਹਾਡੇ ਨਾਲ ਕੋਈ ਹੋਰ ਨਹੀਂ ਰਹਿੰਦਾ ਮੇਨ, ਜੇ ਤੁਹਾਡੇ ਸੱਸ ਸਹੁਰਾ? ਨਹੀਂ ਜੀ, ਮੈਂ ਇਕੱਲੀ ਰਹਿੰਦੀ ਹਾਂ, ਮੇਰਾ ਸਹੁਰਾ ਪਰਿਵਾਰ ਮੇਰੇ ਨਾਲ ਨਹੀਂ ਰਹਿੰਦਾ। ਕਿਉਂ ਨਾਲ ਨਹੀਂ ਰਹਿੰਦਾ? ਮੇਰਾ ਮਤਲਬ ਤੁਸੀਂ ਇਕੱਲੇ ਰਹਿੰਦੇ ਹੋਗੇ, ਉਹਨਾਂ ਨੂੰ ਤੁਹਾਡੇ ਨਾਲ ਰਹਿਣਾ ਚਾਹੀਦਾ ਹੈਗਾ। ਰਹਿਣਾ ਤਾਂ ਚਾਹੀਦਾ ਪਰ ਉਹ ਮੈਨੂੰ ਜ਼ਿਆਦਾ ਪਸੰਦ ਨਹੀਂ ਕਰਦੇ। ਫਿਰ ਤੁਹਾਡਾ ਪੇਕਾ ਪਰਿਵਾਰ ਤਾਂ ਆਉਂਦਾ ਹੀ ਹੋਣਾ। ਨਹੀਂ, ਉਹ ਵੀ ਨਹੀਂ ਆਉਂਦੇ ਕਦੇ ਵੀ। ਦਰਅਸਲ ਸਾਡੀ ਲਵ ਮੈਰਿਜ ਸੀ ਅਤੇ ਸਾਡੇ ਦੋਹਾਂ ਦੇ ਪਰਿਵਾਰ ਨਹੀਂ ਚਾਹੁੰਦੇ ਸੀ ਕਿ ਸਾਡੇ ਦੋਹਾਂ ਦਾ ਵਿਆਹ ਹੋਵੇ। ਅਸੀਂ ਉਹਨਾਂ ਦੇ ਖਿਲਾਫ ਜਾ ਕੇ ਆਪਣਾ ਵਿਆਹ ਕਰਵਾਇਆ ਸੀ। ਨਹੀਂ, ਜਦੋਂ ਤੁਹਾਡੇ ਹਸਬੈਂਡ ਬਾਰੇ ਪਤਾ ਲੱਗਿਆ ਫਿਰ ਵੀ ਨਹੀਂ ਆਏ ਹੈਗੇ ਉਹ? ਸਹੁਰਾ ਪਰਿਵਾਰ ਆਇਆ ਸੀ ਘੜੀ ਦੀ ਘੜੀ ਅਤੇ ਪੇਕੇ ਪਰਿਵਾਰ ਨੂੰ ਤਾਂ ਮੈਂ ਦੱਸਿਆ ਹੀ ਨਹੀਂ। ਫਿਰ ਵੀ ਤੁਹਾਨੂੰ ਦੱਸਣਾ ਤਾਂ ਚਾਹੀਦਾ ਸੀਗਾ ਆਪਦੇ ਪੇਕੇ ਪਰਿਵਾਰ ਨੂੰ। ਮੈਂ ਤਾਂ ਉਹਨਾਂ ਲਈ ਉਸ ਦਿਨ ਹੀ ਮਰ ਗਈ ਸੀ ਜਦੋਂ ਉਹਨਾਂ ਦੀ ਮਰਜ਼ੀ ਖਿਲਾਫ ਜਾ ਕੇ ਵਿਆਹ ਕਰਵਾਇਆ ਸੀ। ਅਸੀਂ ਨੇ ਗਲਤੀ ਕੀਤੀ ਤੈਨੂੰ ਕਾਲਜ ਭੇਜ ਕੇ, ਨਾ ਤੈਨੂੰ ਕਾਲਜ ਭੇਜਦੇ ਤੇ ਨਾ ਤੂੰ ਇਹ ਚੰਦ ਚਾੜਦੀ। ਬਾਪੂ ਤੈਨੂੰ ਹੀ ਬੜਾ ਚਾਅ ਸੀਗਾ ਕਾਲਜ ਭੇਜਣ ਦਾ, ਲੈ ਲੱਗ ਗਈ ਹੁਣ ਡੀਐਸਪੀ। ਬਾਪੂ ਜੀ ਤੁਸੀਂ ਵੀ ਤਾਂ ਕਿਤੇ ਮੇਰਾ ਕਰਾਉਣਾ ਹੀ ਸੀਗਾ, ਫਿਰ ਕੀ ਹੋ ਗਿਆ ਜੀ ਮੈਂ ਆਪਣੀ ਪਸੰਦ ਦਾ ਮੁੰਡਾ ਚੁਣ ਲਿਆ। ਉਹ ਪਸੰਦ ਦਾ ਆਪਦੀ ਬਰਾਬਰੀ ਦਾ ਹੁੰਦਾ, ਨਾ ਕਿ ਕਿਸੇ ਹੋਰ ਦਾ। ਲੋਕਾਂ 'ਚ ਕੀ ਇੱਜ਼ਤ ਰਹਿ ਜੀ ਫਿਰ ਸਾਡੀ, ਜੇ ਤੂੰ ਉੱਥੇ ਵਿਆਹ ਕਰਾਉਣਾ ਫਿਰ ਸਾਨੂੰ ਮਰਿਆ ਸਮਝੀ। ਜੇ ਤੁਹਾਡੀ ਧੀ ਆਪ ਖੁਸ਼ ਰਹੂਗੀ ਨਾ ਫਿਰ ਲੋਕਾਂ ਦੇ ਮੂੰਹ ਆਪ ਹੀ ਬੰਦ ਹੋ ਜਾਣੇ। ਨਾ ਅਸੀਂ ਮਰ ਗਏ ਤੀ, ਜਿਹੜਾ ਤੂੰ ਆਪ ਲੱਭਣ ਤਰਪੀ, ਤੈਨੂੰ ਅਸੀਂ ਮਾੜਾ ਰਿਸ਼ਤਾ ਥੋੜੇ ਲੱਭਦੇ ਤੀ। ਅਸੀਂ ਸਮਝਦੇ ਕਿਉਂ ਨਹੀਂ ਹੋ? ਹਜੇ ਵੀ ਮਤਾਂ ਤੈਨੂੰ ਹੀ ਹਟਦੀ, ਨਾਲੇ ਗੱਲ ਸੁਣ ਲਾ, ਜਿੱਥੇ ਮਰਨਾ ਮਰ, ਜਿੱਥੇ ਵਿਆਹ ਕਰਾਉਣਾ ਨਾ ਕਰਾ ਲਾ। ਤੂੰ ਸਾਡੇ ਲਈ ਮਰ ਗਈ, ਅਸੀਂ ਤੇਰੇ ਲਈ ਮਰ ਗਏ। ਕੋਈ ਦੁੱਖ ਸੁੱਖ ਜਾਣ ਦੀ ਲੋੜ ਨਹੀਂ ਸਾਡੇ। ਤੁਸੀਂ ਆਪਣਾ ਫੋਨ ਟਾਈਮ ਪਾਸ ਕਿਵੇਂ ਕਰਦੇ ਹੋਗੇ? ਮੈਨੂੰ ਨਾ ਸਿਲਾਈ ਕਢਾਈ ਦਾ ਕੰਮ ਆਉਂਦਾ, ਆਪਣੀ ਚੁੱਕਾ ਤਾਂ ਮੈਂ ਕਰ ਹੀ ਲੈਂਦੀ ਹਾਂ। ਚਲੋ ਕੋਈ ਗੱਲ ਨਹੀਂ, ਮੈਂ ਤੁਹਾਨੂੰ ਐਂ ਕਹਿੰਦਾ ਸੀਗਾ ਤੁਹਾਨੂੰ ਕਦੇ ਵੀ ਕਿਸੇ ਚੀਜ਼ ਦੀ ਲੋੜ ਹੋਵੇ ਨਾ ਬੇਝਿਜਕ ਹੋ ਕੇ ਮੈਨੂੰ ਦੱਸ ਸਕਦੇ ਹੋ। ਅਤੇ ਇਨਸਾਨੀਅਤ ਦੇ ਤੌਰ 'ਤੇ ਮੈਨੂੰ ਤੁਸੀਂ ਕਦੋਂ ਵੀ ਕਾਲ ਕਰ ਸਕਦੇ ਹੋ। ਚਲੋ ਠੀਕ ਆ ਜੀ, ਫਿਰ ਮੈਂ ਚੱਲਦਾ। ਉਹ ਯਾਰ ਜੇ ਤੈਨੂੰ ਲੱਗਦਾ ਨਾ ਹੀਰ ਤੈਨੂੰ ਪਿਆਰ ਕਰਦੀ ਆ ਗਈ, ਤੂੰ ਕਹਿ ਕਿਉਂ ਨਹੀਂ ਬੰਦਾ ਯਾਰ? ਉਹ ਐਂ ਕਿਵੇਂ ਕਹਿਣਾ, ਤੂੰ ਉਹੀ ਗੱਲਾਂ ਕਰੀ ਜਾਂਦਾ ਬਈ ਯਾਰ। ਉਹ ਯਾਰ ਉਹਨੂੰ ਕਹਿਣਾ ਕਿ ਯਾਰ ਤੂੰ ਕਹਿ ਦੇ ਸੱਦਾ ਜਾ ਕੇ ਮੈਂ ਉਹਨਾਂ ਵਿਆਹ ਕਰਾਉਣਾ। ਉਹ ਯਾਰ ਮੈਂ ਨਹੀਂ ਕਹਿ ਸਕਦਾ ਗਾ, ਮੈਂ ਤਾਂ ਐਂ ਸੋਚਦਾ ਸੀਗਾ ਕਿ ਉਹਦੇ ਮਾਂ ਪਿਓ ਤੋਂ ਉਹਦਾ ਹੱਥ ਮੰਗਾਂ। ਉਹ ਯਾਰ ਇਹਦਾ ਤੈਨੂੰ ਵੀ ਪਤਾ ਤਾਂ ਹੋ ਨਹੀਂ ਸਕਦਾ। ਉਹ ਹੋ ਵੀ ਸਕਦਾ ਗਾ ਜੇ ਆਪਾਂ ਕੋਸ਼ਿਸ਼ ਕਰੀਏ। ਕਿਹੜੀ ਕੋਸ਼ਿਸ਼ ਆ? ਉਹ ਯਾਰ ਮੇਰੀ ਗੱਲ ਸੁਣੋ, ਜੇ ਆਪਾਂ ਉਹਦੇ ਡੈਡੀ ਨੂੰ ਜਾ ਕੇ ਸਾਰੀ ਗੱਲ ਦੱਸੀਏ ਨਾ ਸ਼ਾਇਦ ਆਪਣਾ ਕੰਮ ਬਣ ਸਕਦਾ ਗਾ। ਉਹ ਨਾ ਨਾ ਬਾਈ,
ਆ ਗੰਜਰ ਕਿੱਤਾ ਜਿਹਾ ਨਹੀਂ ਹੁੰਦਾ, ਨਾਲੇ ਪਤਾ ਨਹੀਂ ਤੂੰ ਕੀ ਕੁਛ ਸੋਚਦਾ ਰਹਿੰਦਾ। ਨਾਲੇ ਇੱਕ ਗੱਲ ਹੋਰ, ਆ ਤਾਂ ਤੂੰ ਜਮੀ ਨਾ ਸੋਚੀ ਵੀ ਮੈਂ ਤੇਰੇ ਨਾਲ ਵਗ ਜੂੰਗਾ, ਨਾ ਨਾ ਆਪਣੇ ਹੱਥ ਬੰਨੇ ਬਈ, ਨਾ ਆਪਣੀ ਕੰਮ ਕਰਦੇ। ਉਹ ਚੱਲ ਚੰਗਾ ਤੂੰ ਨਹੀਂ ਜਾਣਾ ਨਾ ਜਾ, ਮੈਂ ਤਾਂ ਇਕੱਲੇ ਹੀ ਵਗ ਜੂੰਗਾ, ਤੂੰ ਵੀ ਡਰਦਾ ਰਹਿਣਾ ਯਾਰ। ਉਹ ਚੱਲ ਚੰਗਾ ਚੱਲ ਪਊਗਾ, ਮੂੰਹ ਜਾਣਾ ਬਣਾ ਹੁਣ ਚੰਗਾ। ਆਹ ਬਣੀ ਨਾ ਭਰਾ ਵਾਲੀ ਗੱਲ, ਚੰਗਾ 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 ਚੱਲ ਫਿਰ ਹੁਣ ਕੰਮ ਵੀ ਕਰ ਲਾ ਜਾ ਕੇ। ਚੱਲ ਠੀਕ। ਆਹੀ ਘਰ ਲੱਗਦਾ ਮੈਨੂੰ ਤਾਂ। ਖੋਲ ਗੇਟ ਯਾਰ। ਓ ਬਾਈ ਹੈਗਾ ਕੋਈ ਘਰੇ? ਹੈਗਾ ਜੀ ਕੋਈ ਘਰੇ? ਬੋਲਦਾ ਜੇ ਤਾਂ ਹੈ ਨਹੀਂ ਯਾਰ। ਓ ਕੌਣ ਆ ਭਾਈ? ਆ ਜਾਓ ਜੋ ਲੰਘਿਓ ਜਵਾਨੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਛਾਣਿਆ ਨਹੀਂ ਭਾਈ, ਕੌਣ ਤੁਸੀਂ? ਅਸੀਂ ਤਾਂ ਜੀ ਕਣਕਵਾਲ ਤੋਂ ਆਏ ਹਾਂ ਜੀ। ਅਸੀਂ ਤਾਂ ਜੀ ਹੀਰ ਬਾਰੇ ਗੱਲ ਕਰਨੀ ਸੀਗੀ। ਕੌਣ ਹੋ ਤੁਸੀਂ? ਕਿਵੇਂ ਜਾਣਦੇ ਵੀਰ ਨੂੰ? ਨਾਲੇ ਕੀ ਗੱਲ ਕਰਨੀ ਉਹਦੇ ਬਾਰੇ? ਵੀਰੇ ਤੁਸੀਂ ਸਾਡੀ ਗੱਲ ਦਾ ਸੁਣੋ ਇੱਕ ਵਾਰੀ। ਉਹ ਕੀ ਗੱਲ ਸੁਣੀ ਤੁਹਾਡੀ? ਨਿਕਲੋ ਇੱਥੋਂ। ਜਿਹੜੇ ਪੈਰੀ ਆਏ ਨਾ ਉਸੇ ਪੈਰੀ ਮੁੜ ਜਾਓ, ਇਹਨਾਂ ਹੁਣ ਤੁਹਾਡੇ ਪੈਰ ਨਾ ਰਹਿਣਾ। ਚੱਲੀਏ, ਇਹ ਨਾ ਹੋਵੇ ਵੀ ਆਪਾਂ ਜਾਣ ਜੋਗੇ ਵੀ ਨਾ ਰਹੀਏ। ਚਲੋ। ਉਹ ਤੁਹਾਨੂੰ ਪਤਾ ਵੀ ਹੈਗਾ ਤੁਹਾਡੀ ਧੀ ਕਿਹੜੇ ਹਾਲਾਤਾਂ 'ਚ ਰਹਿੰਦੀ ਹੈਗੀ ਉੱਥੇ? ਉਹ ਅਸੀਂ ਪਤਾ ਕਰਕੇ ਕਰਨਾ ਵੀ ਕੀ ਆ, ਚੱਲ ਨਿਕਲੋ ਤੂੰ। ਉਹ ਤੁਹਾਡੀ ਧੀ ਨਾ ਉੱਥੇ ਇਕੱਲੀ ਰਹਿੰਦੀ ਹੈਗੀ ਘਰੇ, ਕੱਪੜੇ ਸਿਉਂ ਸਿਉਂ ਗੁਜ਼ਾਰਾ ਕਰਦੀ ਹੈ, ਉਹਦੇ ਘਰ ਵਾਲਾ ਮਰ ਚੁੱਕਿਆ ਹੈਗਾ। ਚਲੋ ਅੰਕਲ ਜੀ ਫਿਰ ਅਸੀਂ ਚੱਲ ਜਾਂਗੇ। ਚਾਹ ਪਾਣੀ ਤੇ ਪੀ ਕੇ ਆਉਂਦੇ ਤੁਸੀਂ? ਬਸ ਕੋਈ ਗੱਲ ਨੀ ਅੰਕਲ ਜੀ, ਸਤਿ ਸ਼੍ਰੀ ਅਕਾਲ। ਦੱਸਤਾ ਦਿੰਦੀ ਅਸੀਂ ਤੇਰੇ ਲਈ ਭੱਜੇ ਆਉਂਦੇ, ਤੂੰ ਸਾਨੂੰ ਜਮੇ ਬਗਾਨਾ ਸਮਝ ਲਿਆ। ਮੈਨੂੰ ਤਾਂ ਲੱਗਿਆ ਤੁਸੀਂ ਮੈਨੂੰ ਸੱਚੇ ਹੀ ਮਰਿਆ ਸਮਝ ਲਿਆ। ਗੁੱਸੇ 'ਚ ਤਾਂ ਬਹੁਤ ਕੁਛ ਨਿਕਲ ਜਾਂਦਾ ਪੁੱਤ, ਉਹ ਤਾਂ ਭਲਾ ਹੋਵੇ ਉਹ TV ਬਣਾਉਣ ਵਾਲੇ ਦਾ ਜਿਹਨੇ ਸਾਨੂੰ ਸਾਰਾ ਕੁਛ ਦੱਸਤਾ ਤੇਰੇ ਬਾਰੇ। ਕਾਂਬਲੀਏ ਹੁਣ ਸਾਨੂੰ ਇੱਥੇ ਖੜਾ ਕੇ ਰੱਖੇਗੀ, ਅੰਦਰ ਨਹੀਂ ਲਿਆਉਂਦੀ।
ਬਾਪੂ ਜੀ ਤੁਹਾਡਾ ਹੀ ਤਾਂ ਘਰ ਹੈ, ਆਓ ਅੰਦਰ ਚੱਲੀਏ। ਸ਼ੁਕਰੀਆ ਅਦਾ ਕਰਨ ਲਈ, ਤੁਸੀਂ ਮੈਨੂੰ ਉਹ ਖੁਸ਼ੀ ਦਿੱਤੀ ਹੈ ਜਿਸ ਦੇ ਬਦਲੇ ਮੈਂ ਸਾਰੀ ਉਮਰ ਵੀ ਧੰਨਵਾਦ ਕਰਾਂ ਨਾ, ਉਹ ਵੀ ਘੱਟ ਆ। ਇਹ ਤਾਂ ਸਭ ਮੈਂ ਤੇਰੀ ਖੁਸ਼ੀ ਲਈ ਉਹ ਕੀਤਾ ਗਾ। ਕੀ ਮਤਲਬ? ਉਹ ਮਤਲਬ ਕੀ, ਇਹ ਤਾਂ ਮੈਂ ਸਭ ਆਪਣੀ ਖੁਸ਼ੀ ਲਈ ਕੀਤਾ ਗਾ, ਕਿਉਂਕਿ ਜੇ ਤੂੰ ਖੁਸ਼ ਹੁੰਦੀ ਹੈ ਮੈਂ ਖੁਸ਼ ਹੋਊਂਗਾ, ਕਿਉਂਕਿ ਤੇਰੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈਗੀ। ਫਿਰ ਮੈਂ ਤੈਨੂੰ ਹਮੇਸ਼ਾ ਲਈ ਆਪਣੀ ਬਣਾਉਣਾ ਚਾਹੁੰਦਾਗਾ, ਕਿਉਂਕਿ ਮੈਂ ਹਮੇਸ਼ਾ ਤੇਰੇ ਨਾਲ ਬਹੁਤ ਖੁਸ਼ ਰਹੂੰਗਾ। ਪਰ ਹੁਣ ਨਹੀਂ ਇਹ ਹੋ ਸਕਦਾ। ਮੈਨੂੰ ਤਾਂ ਐਵੇਂ ਸੀ ਹੀਰ ਤੂੰ ਮੈਨੂੰ ਪਸੰਦ ਕਰਦੀ ਹੋਵੇਗੀ। ਤੁਹਾਨੂੰ ਸਹੀ ਲੱਗਦਾ ਸੀ, ਪਰ ਹੁਣ ਨਹੀਂ ਐਵੇਂ ਹੋ ਸਕਦਾ। ਕਿਉਂ ਹੀਰ, ਹੁਣ ਇਹੋ ਜਿਹਾ ਕੀ ਹੋ ਗਿਆ, ਕਿਉਂ ਨਹੀਂ ਹੋ ਸਕਦਾ ਹੈਗਾ? ਕਿਉਂਕਿ ਯਾਰ ਹੁਣ ਕਾਫੀ ਟਾਈਮ ਬੀਤ ਚੁੱਕਾ, ਜੇ ਤੂੰ ਮੈਨੂੰ ਇਹ ਗੱਲ ਪਹਿਲਾਂ ਕਹਿ ਦਿੰਦਾ ਤਾਂ ਸ਼ਾਇਦ ਮੈਂ ਮੰਨ ਜਾਣਾ ਸੀ। ਹੁਣ ਮੈਂ ਮਸਾਂ ਮਸਾਂ ਤਾਂ ਆਪਣੀ ਫੈਮਿਲੀ ਨੂੰ ਮਿਲੀ ਹਾਂ, ਮੈਂ ਨਹੀਂ ਚਾਹੁੰਦੀ ਮੈਂ ਦੁਬਾਰਾ ਫਿਰ ਉਹਨਾਂ ਦਾ ਦਿਲ ਦਿਖਾਵਾਂ ਅਤੇ ਉਹੀ ਗਲਤੀ ਰਿਪੀਟ ਕਰਾਂ। ਇਸ ਕਰਕੇ ਪਲੀਜ਼ ਮੈਨੂੰ ਮਾਫ਼ ਕਰ ਦੇ, ਪਰ ਮੈਂ ਹੁਣ ਆਪਣਾ ਸਮਾਂ ਆਪਣੀ ਫੈਮਿਲੀ ਨਾਲ ਹੀ ਬਿਤਾਉਣਾ ਚਾਹੁੰਦੀ ਹਾਂ। ਮੈਨੂੰ ਮਾਫ਼ ਕਰ ਦੇ ਬੰਟੀ, ਆਈ ਐਮ ਸੋਰੀ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਹੈਗਾ ਮੈਂ ਹੀਰ ਨੂੰ ਇਹਦੇ ਪਰਿਵਾਰ ਨਾਲ ਮਿਲਾ ਕੇ ਸਹੀ ਕੀਤਾ ਜਾਂ ਗਲਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਸਤੋ, ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ। ਬਾਕੀ ਜਿਨ੍ਹਾਂ ਨੇ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਲਿੰਕ 'ਤੇ ਜਾ ਕੇ ਪੁਰਾਣੀਆਂ ਵੀਡੀਓ ਜ਼ਰੂਰ ਦੇਖ ਲਓ। ਬਹੁਤ ਘੈਂਟ ਘੈਂਟ ਵੀਡੀਓ ਬੋਲ ਪਈਆਂ ਨੇ, ਹੁਣ ਬੋਲਾਂਗੇ ਪਹਿਲੇ 15 ਕਮੈਂਟਾਂ। ਪਹਿਲਾਂ ਹੈਗਾ ਜੀ ਇੰਟਰਟੇਨਮੈਂਟ ਆਰਟਿਸਟ ਰਾਮਦਾਸ ਸਿੰਘ, ਰੱਜੀ ਕੌਰ ਐਂਡ ਭਿੰਦਰ ਕੌਰ, ਹਰਮਨਪ੍ਰੀਤ ਸਿੰਘ ਪਿੰਡਾਂ ਦੇ ਰਾਜੇ, ਧਰਮ ਦਿਲਪ੍ਰੀਤ ਚੱਠਾ, ਜਸਨ ਭੰਗੂ, ਗੁਰਮੀਤ ਸਿੱਧੂ, ਹਰਮਨ ਰਹਿਲ, ਗੁਰਜਸ ਰੈਕੜ, ਬਲਜੀਤ ਕੌਰ, ਸੁਮਨਪ੍ਰੀਤ, ਸੇਵਕ ਸੇਰੋਂ, ਕੌਰ ਸੁੱਖੀ ਢਿੱਲੋਂ, ਲਖਵਿੰਦਰ ਸਿੰਘ। ਇਹ ਨੇ ਜੀ ਪਹਿਲੇ 15 ਕਮੈਂਟ। ਤੁਸੀਂ ਵੀ ਇਸ ਵੀਡੀਓ 'ਚ ਸਭ ਤੋਂ ਪਹਿਲਾਂ 15 ਕਮੈਂਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ 'ਚ ਤੁਹਾਡਾ ਨਾਮ ਬੋਲੀਏ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਨਾ, ਅਤੇ ਇੱਦਾਂ ਹੀ ਸਪੋਰਟ ਬਣਾ ਕੇ ਰੱਖਿਓ ਅਤੇ ਸ਼ੇਅਰ ਵੱਧ ਤੋਂ ਵੱਧ ਕਰਦੇ ਵੀਡੀਓ ਨੂੰ, ਅਤੇ ਹਾਂ ਜਿਹੜੇ ਨਵੇਂ ਨੇ ਉਹ ਕਰ ਲਿਓ, ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਨਾਲ। ਥੈਂਕ ਯੂ, ਧੰਨਵਾਦ ਸਾਰੇ।